खबर सामने आई है श्री मुक्तसर साहिब से, जहां पर बंदूक की नोक पर एक सब्जी विक्रेता को लूटने का मामला सामने आया है। इस पूरे मामले में आपको बता दें, पुलिस की ओर से 3 लोगों को गिरफ्तार कर लिया गया है। वहीं इस पूरी घटना की CCTV तस्वीरें भी सामने आई है। इस पूरे मामले में क्या कहना है पुलिस का, वो भी आपको सुनाएंगे, लेकिन उससे पहले आप भी डालिए इन CCTV तस्वीरों पर एक नजर। ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸਵੇਰੇ ਸਬਜ਼ੀ ਦੇ ਵਪਾਰੀਆਂ ਦੀ ਲੁੱਟ ਖੋਹ ਕਰਨ ਵਾਲਾ ਇੱਕ ਗਰੋਹ ਅਸੀਂ ਗ੍ਰਿਫਤਾਰ ਕੀਤਾ, ਜਿਸ 'ਚ 3 ਜਣੇ ਗ੍ਰਿਫਤਾਰ ਕੀਤੇ ਨੇ, ਜਿਨ੍ਹਾਂ ਨੇ ਕਿ ਮਿਤੀ 24 ਤਰੀਕ ਨੂੰ ਅਤੇ 25 ਤਰੀਕ ਨੂੰ ਵੱਖ ਵੱਖ ਲੋਕਾਂ ਕੋਲੋਂ ਪੈਸੇ ਤੇ ਮੋਬਾਈਲ ਖੋਹੇ ਸੀ ਹਥਿਆਰਾਂ ਦੀ ਨੋਕ ਤੇ। ਇਸ 'ਚ ਅਸੀਂ FIR ਨੰਬਰ 79 ਇਹਨਾਂ ਦੇ ਹਥਿਆਰ ਵਗੈਰਾ ਅਸੀਂ ਬਰਾਮਦ ਕਰਨੀ। ਹਾਂਜੀ, ਇਹਨਾਂ ਤੇ ਜਿਹੜਾ ਜਾਰਜ ਮਸੀਹ ਹੈ ਇਹਦੇ ਤੇ 7 ਮੁਕੱਦਮੇ ਦਰਜ ਨੇ ਜੀ, ਤੇ ਜਿਹੜਾ ਸੁਖਦੇਵ ਸਿੰਘ ਹੈ ਇਹਦੇ ਤੇ 3 ਮੁਕੱਦਮੇ ਨੇ, ਤੇ ਹੈਪੀ ਕੁਮਾਰ ਹੈ ਜਿਹੜਾ ਇਹਦੇ ਤੇ ਫਿਲਹਾਲ ਕੋਈ ਮੁਕਦਮਾ ਨਹੀਂ ਦਰਜ। ਇਹ ਦਾਣਾ ਮੰਡੀ ਦੇ ਨੇੜੇ, ਪੁਰਾਣੀ ਦਾਣਾ ਮੰਡੀ ਦੇ ਨੇੜੇ ਰਹਿਣ ਵਾਲੇ ਨੇ ਇਹ, ਕੋਟਲੀ ਰੋਡ ਦੇ। ਤਿੰਨਾਂ ਦਾ ਇਹ ਗਰੋਹ ਸੀਗਾ, ਇਹ ਸਵੇਰੇ ਸਵੇਰੇ ਜਿਹੜੇ ਸਬਜ਼ੀ ਦੇ ਵਪਾਰੀ ਮੰਡੀ ਚ ਸਬਜ਼ੀ ਖਰੀਦਣ ਜਾਂਦੇ ਸੀ, ਉਹਨਾਂ ਤੋਂ ਇਹ ਹਥਿਆਰਾਂ ਦੀ ਨੋਕ ਤੇ ਪੈਸੇ ਅਤੇ ਮੋਬਾਈਲ ਵਗੈਰਾ ਖੋਹ ਕਰਦੇ ਸੀ। ਕੁਛ